ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵਲੌਗ 'ਚ। ਅਤੇ ਅੱਜ ਦਾ ਵਲੌਗ ਹੋਣ ਵਾਲਾ ਵਾ ਕੋਰਸ ਰਜਿਸਟ੍ਰੇਸ਼ਨ ਦੇ ਉੱਪਰ। ਅਤੇ ਇਹ ਆਪਾਂ ਤਾਂ ਬਣਾ ਰਹੇ ਹਾਂ ਕਿਉਂਕਿ ਨਾ ਤਾਂ ਮੈਂ ਕੱਲ੍ਹ ਵਲੌਗ ਪਾਇਆ ਸੀ, ਕੱਲ੍ਹ ਵੀ ਥੋੜ੍ਹਾ ਸਕੈਜੂਅਲ ਬਿਜ਼ੀ ਹੋਣ ਦੇ ਕਰਕੇ ਨਹੀਂ ਅਪਲੋਡ ਕੀਤਾ ਗਿਆ। ਅਤੇ ਅੱਜ ਵੀ ਮੇਰਾ ਸਕੈਜੂਅਲ ਬਿਜ਼ੀ ਸੀ ਤਾਂ ਕਰਕੇ ਅਪਲੋਡ ਨਹੀਂ ਕੀਤਾ ਗਿਆ, ਉਹਦੇ ਲਈ ਤੁਹਾਡੇ ਸਾਰਿਆਂ ਤੋਂ ਸੌਰੀ। ਅਤੇ ਅੱਜ ਆਪਾਂ ਬਣਾਉਣ ਲੱਗੇ ਕੋਰਸ ਰਜਿਸਟ੍ਰੇਸ਼ਨ ਦੇ ਉੱਤੇ ਵਲੌਗ। ਅਤੇ ਚਲੋ ਵਲੌਗ ਨੂੰ ਕਰੀਏ ਸ਼ੁਰੂ, ਅਤੇ ਆ ਜਾਓ ਫਿਰ ਮਿਲਦੇ ਹਾਂ ਤੁਹਾਨੂੰ ਅੱਗੇ ਜਾ ਕੇ। ਸੋ ਗਾਈਜ਼, ਹੁਣ ਆਪਾਂ ਗੱਲ ਕਰਦੇ ਹਾਂ ਕੋਰਸ ਰਜਿਸਟ੍ਰੇਸ਼ਨ ਦੀ ਕਿੱਦਾਂ ਕਰਨੀ ਆ। ਬਹੁਤ ਸਾਰੇ ਕਮੈਂਟ ਆ ਰਹੇ ਸੀ ਵੀਰ ਭਰਾਵਾਂ ਦੇ ਕਿ ਕੋਰਸ ਰਜਿਸਟ੍ਰੇਸ਼ਨ ਬਾਰੇ ਦੱਸ ਦਿਓ ਕਿ ਕਿੱਦਾਂ ਕਰਨੀ ਆ ਕਿਆਨੂੰ ਕਾਲਜ ਦੀ। ਅਤੇ ਸਭ ਤੋਂ ਪਹਿਲਾਂ ਜਿਹੜਾ ਸਟੈਪ ਆ, ਤੁਸੀਂ ਆਪਣੇ ਜਿਹੜੀ ਵੀ ਮੇਲ ਦਿੱਤੀ ਆਪਣੇ ਏਜੰਟ ਨੂੰ ਕਾਲਜ ਲਈ, ਉਹ ਮੇਲ ਦੇ ਵਿੱਚ ਚੈੱਕ ਕਰਨਾ ਵਾ। ਤੁਹਾਨੂੰ ਇੱਕ ਲੌਗਇਨ ਯੂਜ਼ਰ ਨੇਮ ਅਤੇ ਇੱਕ ਪਾਸਵਰਡ ਆਇਆ ਹੋਏਗਾ, ਉਹ ਪਾਸਵਰਡ ਤੁਸੀਂ ਯਾਦ ਰੱਖ ਲੈਣਾ ਵਾ। ਅਤੇ ਫਿਰ ਉਸ ਤੋਂ ਬਾਅਦ ਅੱਗੇ ਕੀ ਕਰਨਾ ਵਾ ਉਹ ਤੁਸੀਂ ਹੁਣ ਸਕਰੀਨ 'ਤੇ ਦੇਖੋ, ਪਿੱਛੇ ਸਕਰੀਨ ਆਉਣੀ ਸ਼ੁਰੂ ਹੋ ਜਾਏਗੀ। ਅਤੇ ਸਭ ਤੋਂ ਪਹਿਲਾ ਸਟੈਪ ਆ ਜਿਹੜਾ, ਤੁਸੀਂ ਜਾਣਾ ਵਾ ਕਿਆਨੂੰ ਕਾਲਜ ਦੀ ਸਾਈਟ 'ਤੇ, kyanu.ca। ਕਿਆਨੂੰ ਵੀ ਇਕੱਲਾ ਸਰਚ ਕਰੋਗੇ ਤਾਂ ਆ ਜਾਏਗਾ। ਕਿਆਨੂੰ ਕਾਲਜ 'ਚ ਜਾ ਕੇ ਉਹ ਜਦੋਂ ਖੁੱਲ ਜਾਏਗਾ, ਉਸ ਤੋਂ ਬਾਅਦ ਤੁਸੀਂ ਕੀ ਕਰਨਾ ਵਾ ਇਹਨੂੰ ਇੱਕ ਵਾਰ ਓਪਨ ਲੈ ਲੈਣ ਦਿਓ। ਨੈਟਵਰਕ ਦੀ ਥੋੜ੍ਹੀ ਜਿਹੀ ਪ੍ਰੋਬਲਮ ਆ ਕਿਉਂਕਿ ਪਹਿਲਾਂ ਵਾਲੇ ਅਪਾਰਟਮੈਂਟ 'ਚ ਹੈਗਾ ਜੀ, ਆਪਣੇ ਕੋਲ ਵਾਈਫਾਈ ਇੱਥੇ ਨਹੀਂ ਹੈਗਾ। ਤਾਂ ਉਸ ਤੋਂ ਬਾਅਦ ਤੋਂ ਜਿਹੜਾ ਅਗਲਾ ਸਟੈਪ ਆ, ਤੁਸੀਂ ਕੀ ਕਰਨਾ, ਕੁਛ ਨਹੀਂ ਕਰਨਾ, ਐਂਡ 'ਚ ਜਾਣਾ ਸਭ ਤੋਂ A to Z ਪ੍ਰੋਗਰਾਮ ਕੋਰਸ ਦੇਖ ਲੈਣੇ ਆ, ਇਹਨੂੰ ਓਪਨ ਕਰ ਲੈਣਾ। ਇਹਨੂੰ ਜਦੋਂ ਓਪਨ ਕਰ ਲਓਗੇ, ਇੱਥੇ ਤੁਸੀਂ ਆਪਣਾ ਕੋਰਸ ਸਿਲੈਕਟ ਕਰ ਲੈਣਾ, ਚੈੱਕ ਕਰ ਲੈਣਾ ਕਿਹੜਾ ਕੋਰਸ ਹੈ ਤੁਹਾਡਾ, ਜਿੱਦਾਂ ਅਕਾਊਂਟਿੰਗ, ਐਡਵਾਂਸ ਕੇਅਰ, ਪੈਰਾਮੈਡੀਕਲ, ਡਿਪਲੋਮਾ, ਅਪਲਾਈਡ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ, ਬੈਚਲਰ ਆਫ ਐਜੂਕੇਸ਼ਨ ਐਲੀਮੈਂਟਰੀ, ਇਹਨਾਂ ਦੇ ਵਿੱਚ ਆਪਣਾ ਦੇ ਕੋਈ ਨਹੀਂ ਹੈਗਾ। ਅਤੇ ਬਾਕੀ ਆ ਬਿਜ਼ਨਸ ਵਾਲੇ ਵੀਰਾਂ ਦੇ ਕੋਰਸ ਹੈਗੇ ਆ ਸਾਰੇ, ਇਹ ਵੀ ਚੈੱਕ ਕਰ ਸਕਦੇ ਆ। ਅਤੇ ਉਸ ਤੋਂ ਅੱਗੇ ਜਾਣਾ, ਜਿੱਦਾਂ ਮੇਰਾ ਹੈਗਾ ਜੀ ਇਨਵਾਇਰਮੈਂਟਲ ਟੈਕਨੋਲੋਜੀ ਕੋਆਪ ਡਿਪਲੋਮਾ, ਇਹ ਤੁਸੀਂ ਦੇਖ ਸਕਦੇ ਹੋ, ਇਹ 'ਤੇ ਕਲਿੱਕ ਕਰਨਾ। ਕਲਿੱਕ ਕਰਨ ਤੋਂ ਬਾਅਦ ਕੀ ਕਰਨਾ ਵਾ, ਤੁਸੀਂ ਆਪਣਾ ਇੱਥੇ ਪ੍ਰੋਗਰਾਮ ਸਟਰਕਚਰ ਜਿਹੜਾ ਇੱਥੇ ਸ਼ੋ ਹੋ ਰਿਹਾ, ਪ੍ਰੋਗਰਾਮ ਸਟਰਕਚਰ 'ਤੇ ਕਲਿੱਕ ਕਰਨਾ ਅਗੇਨ। ਜਦੋਂ ਉਹਨੂੰ ਕਲਿੱਕ ਕਰ ਲਓਗੇ, ਇੱਥੇ ਤੁਹਾਨੂੰ ਸ਼ੋ ਨਹੀਂ ਹੋਏਗਾ, ਬਟ ਇਹਦਾ ਜਿਹੜਾ ਇੰਟਰਫੇਸ ਆ ਉਹ ਥੱਲੇ ਖੁੱਲ੍ਹ ਕੇ ਆ ਜਾਂਦਾ। ਜਦੋਂ ਥੱਲੇ ਖੋਲ੍ਹੋਗੇ, ਆਹ ਦੇਖੋ ਪ੍ਰੋਗਰਾਮ ਸਟਰਕਚਰ ਦਾ ਇੰਟਰਫੇਸ ਖੁੱਲ੍ਹ ਕੇ ਆ ਗਿਆ। ਇੱਥੋਂ ਤੁਸੀਂ ਦੇਖਣਾ ਵਾ ਕਿ ਪ੍ਰੋਗਰਾਮ ਸਟਰਕਚਰ ਦਾ ਤੁਹਾਡਾ ਇਨਟੇਕ ਕਿਹੜਾ ਹੈ। ਜੇ ਤਾਂ ਮਈ ਵਾਲੇ ਵੀਰ ਜਿਹੜੇ ਮੇਨ ਇਨਟੇਕ ਵਾਲੇ ਆ ਰਹੇ ਆ, ਉਹਨਾਂ ਦਾ ਫਾਲ ਇਨਟੇਕ ਹੋਏਗਾ ਓਬਵੀਅਸਲੀ। ਅਤੇ ਜਿੱਦਾਂ ਕਿ ਸਾਡਾ ਹੀ ਅਸੀਂ ਆਏ ਸੀ ਜਨਵਰੀ ਇਨਟੇਕ ਹੀ ਸਾਡਾ, ਅਤੇ ਸਾਡਾ ਵਿੰਟਰ ਇਨਟੇਕ ਹੋਣਾ ਸੀ। ਅਤੇ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ, ਜੇ ਆਪਾਂ ਹੁਣ ਮੈਂ ਇਹਨੂੰ ਓਪਨ ਕਰਦਾ ਪ੍ਰੋਗਰਾਮ ਸਟਰਕਚਰ ਨੂੰ ਫਾਲ ਇਨਟੇਕ, ਅਤੇ ਇੱਥੇ ਤੁਹਾਡੇ ਸਾਈਡ 'ਚ ਲਿਖੇ ਆਉਣਗੇ ਕੋਰਸ ਕੋਡ, ਇਹਨਾਂ ਨੂੰ ਕਹਿੰਦੇ ਆਪਾਂ ਕੋਰਸ ਕੋਡ। ਅਤੇ ਇਹ ਤੁਸੀਂ ਕੁਛ ਨਹੀਂ ਕਰਨਾ, ਬਸ ਉਹ ਕੋਰਸ ਕੋਡ ਕਾਪੀ ਕਰ ਲੈਣਾ ਇੱਕ ਵਾਰ, ਜਿਹੜਾ ਵੀ ਕੋਰਸ ਤੁਸੀਂ ਰਜਿਸਟਰ ਕਰਨ ਜਾ ਰਹੇ ਹੋ। ਜਿੱਦਾਂ ਮੇਰੇ 5 ਕੋਰਸ ਹੈਗੇ ਸੀ, 5 ਸਬਜੈਕਟ ਮਤਲਬ, ਅਤੇ ਇਹ ਤੁਸੀਂ ਕਾਪੀ ਕਰ ਲੈਣਾ। ਅਤੇ ਉਸ ਤੋਂ ਬਾਅਦ ਤੁਸੀਂ ਉੱਪਰ ਜਾਣਾ ਵਾਪਿਸ ਤੋਂ, ਸੈਲਫ ਸਰਵਿਸ ਉੱਥੇ ਆਪਸ਼ਨ ਆ ਰਿਹਾ ਹੋਏਗਾ, ਸੈਲਫ ਸਰਵਿਸ ਨੂੰ ਕਲਿੱਕ ਕਰਨਾ। ਅਤੇ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਲੌਗਇਨ ਯੂਜ਼ਰ ਨੇਮ ਅਤੇ ਪਾਸਵਰਡ ਤੁਸੀਂ ਯਾਦ ਰੱਖਣਾ ਵਾ, ਉਹ ਸਿੰਪਲੀ ਇੱਥੇ ਆ ਕੇ ਭਰ ਦੇਣਾ। ਜਿੱਦਾਂ ਕਿ ਮੇਰਾ ਇਹ ਹੈਗਾ ਸੀ, ਇਹਨੂੰ ਇੱਥੇ ਆ ਕੇ ਭਰ ਦੇਣਾ। ਉਸ ਤੋਂ ਬਾਅਦ ਇੱਥੇ ਪਾਸਵਰਡ ਭਰ ਦੇਣਾ, ਜੋ ਵੀ ਤੁਹਾਡਾ ਪਾਸਵਰਡ ਹੋਏਗਾ, ਜਿੱਦਾਂ ਕਿ ਮੈਂ ਪਾਸਵਰਡ ਫਿਲ ਕਰਤਾ, ਦੇਖ ਸਕਦੇ ਹੋ। ਅਤੇ ਬਾਅਦ 'ਚ ਲੌਗਇਨ ਕਰ ਲੈਣਾ। ਲੌਗਇਨ ਕਰਨ ਤੋਂ ਬਾਅਦ ਇਹ ਲੌਗਇਨ ਹੋ ਜਾਏਗਾ, ਫਿਰ ਤੁਸੀਂ ਕੀ ਕਰਨਾ, ਕੋਰਸ ਸਰਚ ਐਂਡ ਰਜਿਸਟ੍ਰੇਸ਼ਨ 'ਤੇ ਜਾਣਾ। ਉਸ 'ਤੇ ਜਦੋਂ ਜਾਓਗੇ, ਤਾਂ ਉਸ ਤੋਂ ਬਾਅਦ ਇੱਥੇ ਆ ਇੰਟਰਫੇਸ ਖੁੱਲ੍ਹ ਕੇ ਆ ਜਾਏਗਾ। ਉਸ ਤੋਂ ਬਾਅਦ ਸਾਈਟ 'ਚ ਹੋਣਾ ਸੈਕਸ਼ਨ ਸਰਚ, ਇੱਥੇ ਜਾਣਾ। ਹੁਣ ਜਿੱਦਾਂ ਕਿ ਮੇਰਾ ਹੈਗਾ ਸੀ ਫਾਲ ਇਨ ਵਿੰਟਰ ਇਨਟੇਕ, ਅਤੇ ਹੁਣ ਹੈਗਾ ਹੈ ਬਾਕੀ ਜਿਹੜੇ ਬੱਚੇ ਆ ਰਹੇ ਆ ਮੇਨ ਇਨਟੇਕ ਵਾਲੇ, ਉਹਨਾਂ ਦਾ ਹੈਗਾ ਮੇਨ ਟੇਕ। ਅਤੇ ਸਭ ਤੋਂ ਪਹਿਲਾਂ ਤਾਂ ਜਿੱਦਾਂ ਮੈਂ ਤੁਹਾਨੂੰ ਦੱਸ ਤੇ ਦਿੱਤਾ ਕਿ ਕਿੱਦਾਂ ਕਰਨਾ, ਅਤੇ ਇੱਥੋਂ ਤੱਕ ਜਦੋਂ ਆ ਜਾਓਗੇ ਤੁਸੀਂ ਇਹ ਦੇਖਿਓ, ਹੁਣ ਤੁਹਾਡਾ ਓਪਨ ਨਹੀਂ ਹੋਣਾ ਕਿਉਂਕਿ ਇੱਥੇ ਜਦੋਂ ਲਿਖੋਗੇ ਤੁਸੀਂ, ਇੱਥੇ ਸਪਰਿੰਗ ਹੈ ਤੁਹਾਡਾ, ਸਮਰ ਸੀਜ਼ਨ, ਤੁਸੀਂ ਸਮਰ ਵਾਲੇ ਸਟੂਡੈਂਟ ਆ ਰਹੇ ਹੋ, ਜਿਹੜੇ ਮੇਨ ਇਨਟੇਕ ਵਾਲੇ ਆ ਉਹ ਸਮਰ ਆ ਰਹੇ ਆ। ਜੇ ਮੈਂ ਇੱਥੇ ਸਮਰ ਕਰਦਾ, ਅਤੇ ਜਦੋਂ ਉੱਥੇ ਸਰਚ ਕਰੂੰਗਾ, ਦੇਖਿਓ ਸਮੈਸਟਰ ਤੁਸੀਂ ਰੈਗੂਲਰ ਕਰ ਦੇਣਾ, ਜਦੋਂ ਉੱਥੇ ਸਰਚ ਕਰੂੰਗਾ ਇੱਥੇ ਕੁਛ ਵੀ ਨਹੀਂ ਆਉਣਾ। ਇਹ ਕਿਉਂ ਨਹੀਂ ਆ ਰਿਹਾ, ਕਿਉਂਕਿ ਹਜੇ ਤੁਹਾਡੇ ਕੋਰਸ ਦੀ ਰਜਿਸਟ੍ਰੇਸ਼ਨ ਸਟਾਰਟ ਨਹੀਂ ਹੋਈ। ਤੁਹਾਨੂੰ ਮੇਲ ਆਏਗਾ ਜਦੋਂ ਤੁਹਾਡੇ ਕੋਰਸ ਦੀ ਰਜਿਸਟ੍ਰੇਸ਼ਨ ਸਟਾਰਟ ਹੋਣੀ ਆ, ਅਤੇ ਉਦੋਂ ਤੁਸੀਂ ਰਜਿਸਟਰ ਕਰ ਸਕਦੇ ਹੋ। ਅਤੇ ਬਾਕੀ ਮੈਂ ਦੱਸ ਦਿੰਦਾ ਕਿੱਦਾਂ ਕਰਨਾ। ਇੱਕ ਵਾਰ ਜਦੋਂ ਤੁਸੀਂ ਵਾਪਿਸ ਤੋਂ ਇੱਥੇ ਆ ਜਾਓਗੇ, ਹੁਣ ਜਿੱਦਾਂ ਕਿ ਦੁਬਾਰਾ ਰਜਿਸਟ੍ਰੇਸ਼ਨ 'ਤੇ ਤੁਸੀਂ ਜਾਣਾ ਨਿਊ ਸਰਚ 'ਤੇ। ਹੁਣ ਜਿੱਦਾਂ ਮੇਰਾ ਹੈਗਾ ਵਾ ਮੇ ਵਿੰਟਰ ਇਨਟੇਕ ਹੀ ਮੇਰਾ, ਤਾਂ ਹੁਣ ਵਿੰਟਰ ਇਨਟੇਕ ਵਾਲਿਆਂ ਦੀ ਕੋਰਸ ਰਜਿਸਟ੍ਰੇਸ਼ਨ ਹੁਣ ਤੱਕ ਕਲੋਜ਼ ਹੋ ਗਈ ਹੋਣੀ ਹੈ, ਕਿਉਂਕਿ ਉਹ ਸਾਡਾ ਤਾਂ ਇੱਕ ਸਮੈਸਟਰ ਖਤਮ ਹੋਣ ਵੀ ਵਾਲਾ ਹੈ। ਬਟ ਮੈਂ ਫਿਰ ਵੀ ਤੁਹਾਨੂੰ ਇੱਕ ਸੈਂਪਲ ਜਿਹਾ ਦੇ ਦਿੰਦਾ ਕਿੱਦਾਂ ਕਰਨਾ। ਜਦੋਂ ਬਾਇਓਲੋਜੀ 8 ਇੱਥੇ ਭਰੋਗੇ ਆਪਣਾ ਕੋਰਸ ਕੋਡ, ਅਤੇ ਪੀਰੀਅਡ ਸਿਲੈਕਟ ਕਰੋਗੇ ਆਪਣਾ, ਜਿੱਦਾਂ ਮੇਰਾ ਵਿੰਟਰ ਹੈਗਾ ਸੀ, ਅਤੇ ਸੈਸ਼ਨ ਆਪਣਾ ਸਮੈਸਟਰ ਰੈਗੂਲਰ ਕਰ ਦੋਗੇ, ਅਤੇ ਸਰਚ ਕਰੋਗੇ ਇੱਥੇ ਤੁਹਾਡੇ ਕੋਲ ਇੱਦਾਂ ਦਾ ਇੰਟਰਫੇਸ ਖੁੱਲ੍ਹ ਕੇ ਆਏਗਾ ਇੱਕ। ਅਤੇ ਇਹ ਇੰਟਰਫੇਸ ਦੇ ਵਿੱਚ ਮੇਰਾ ਤਾਂ ਹੁਣ ਕੋਰਸ ਰਜਿਸਟ੍ਰੇਸ਼ਨ ਮੇਰੀ ਕਲੋਜ਼ ਹੋ ਗਈ ਆ, ਬਟ ਇੱਥੇ ਜਦੋਂ ਓਪਨ ਹੋਏਗੀ ਤੁਹਾਡੀ, ਤੁਹਾਨੂੰ ਇੱਥੇ ਸ਼ੋ ਹੋਣਗੇ ਆਹ ਵਾਲੀ ਲਾਈਨ ਦੇ ਵਿੱਚ ਇੱਥੇ ਕਿ ਐਡ ਟੂ ਕਾਰਟ। ਅਤੇ ਇੱਕ ਆਪਣਾ ਚੈੱਕ ਕਰ ਲਿਓ ਕਿ ਫੀਸ ਉਹਨਾਂ ਦੀ ਹੈਗੀ ਹੈ ਕਿ ਨਹੀਂ ਹੈਗੀ, ਜਿਹੜੇ ਫ੍ਰੀ ਹੋਣਗੇ ਉਹੀ ਤੁਸੀਂ ਸਿਲੈਕਟ ਕਰਨੇ ਆ। ਅਤੇ ਜਦੋਂ ਤੁਸੀਂ ਦੇਖੋਗੇ ਇੱਥੇ ਆਪਣਾ ਜਦੋਂ ਓਪਨ ਹੋਏਗਾ ਤੁਹਾਡੇ, ਇੱਥੇ ਹੋ ਜਾਏਗਾ ਐਡ ਟੂ ਕਾਰਟ।
ਅਤੇ ਬਾਕੀ ਤੁਸੀਂ ਜਿਹੜੀ ਮੇਨ ਚੀਜ਼ ਦਾ ਖਿਆਲ ਰੱਖਣਾ ਜਿੱਦਾਂ ਕਿ ਆਹ ਮੇਰੇ ਸਾਰੇ ਰਜਿਸਟਰਡ ਹੈਗੇ ਆਲਰੇਡੀ ਕੋਰਸ, ਇਹਨਾਂ ਦਾ ਦੇਖ ਸਕਦੇ ਹੋ ਤੁਸੀਂ, ਟਾਈਮਿੰਗ ਦੇਖੋ ਇੱਥੇ ਟਾਈਮਿੰਗ ਆ ਸਾਰੀ ਆਈ ਹੋਈ ਆ। ਤੁਸੀਂ ਮੇਨ ਜਿਹੜਾ ਚੀਜ਼ ਦਾ ਖਿਆਲ ਰੱਖਣਾ ਉਹ ਤੁਸੀਂ ਰੱਖਣੀ ਆਪਣੀ ਟਾਈਮਿੰਗ ਦਾ ਖਿਆਲ ਰੱਖਣਾ ਕਿ ਤੁਸੀਂ ਉੱਦਾਂ ਦੀ ਟਾਈਮਿੰਗ ਸਿਲੈਕਟ ਕਰਨੀ ਹੈ ਜਿਹਦੇ ਵਿੱਚ ਤੁਹਾਡੇ ਸਬਜੈਕਟਸ ਜ਼ਿਆਦਾ ਕਵਰ ਹੋ ਜਾਣ ਅਤੇ ਤੁਹਾਡੇ ਡੇਜ਼ ਵੀ ਘੱਟ ਲੱਗਣ, ਕਿ ਵੀਕ ਦੇ 1-3 ਡੇਜ਼ ਦੇ ਵਿੱਚ ਵਿੱਚ ਤੁਹਾਡੀ ਕਲਾਸਿਸ ਖਤਮ ਹੋ ਜਾਣ। ਕਿਉਂਕਿ ਮੈਂ ਜਦੋਂ ਸਿਲੈਕਟ ਕੀਤੇ ਸੀ ਅਸੀਂ ਸਾਰਿਆਂ ਨੇ, ਸਾਡੇ ਕੋਈ ਗਲਤੀ ਹੋ ਗਈ, ਅਸੀਂ ਬਸ ਸਿਲੈਕਟ ਕਰਨ ਦੀ ਕੀਤੀ ਹੈ, ਇਹ ਨਹੀਂ ਦੇਖਿਆ ਕਿ ਟਾਈਮਿੰਗ ਕੀ ਆ। ਅਤੇ ਹੁਣ ਮੇਰੀ ਪੂਰੀ ਵੀਕ ਦੇ 6 ਡੇਜ਼ ਕਲਾਸਿਸ ਹੈਗੀਆਂ ਵਾ, ਅਤੇ ਤੁਸੀਂ ਇਹ ਚੀਜ਼ ਦਾ ਪੂਰਾ ਖਿਆਲ ਰੱਖਣਾ। ਜਦੋਂ ਤੁਸੀਂ ਐਡ ਟੂ ਕਾਰਟ ਕਰ ਲਓਗੇ ਤੁਹਾਡੇ ਕੋਰਸ ਆਟੋਮੈਟਿਕਲੀ ਤੁਹਾਡੀ ਆਈ ਡੀ ਦੇ ਵਿੱਚ ਐਡ ਹੋ ਜਾਣਗੇ, ਅਤੇ ਅਗਰ ਤੁਸੀਂ ਕੋਈ ਰਿਮੂਵ ਵੀ ਕਰਨਾ ਤਾਂ ਮਾਈ ਕਾਰਟ 'ਚ ਜਾ ਕੇ, ਮੇਰੇ ਸ਼ਾਇਦ ਇਹ ਓਪਨ ਨਾ ਹੀ ਹੋਵੇ, ਹਾਂ ਮੇਰੇ ਓਪਨ ਹੋ ਨਹੀਂ ਰਿਹਾ ਕਿਉਂਕਿ ਮੇਰੇ ਕੋਰਸ ਦੀ ਰਜਿਸਟ੍ਰੇਸ਼ਨ ਕਲੋਜ਼ ਹੋ ਗਈ ਆ। ਅਤੇ ਮਾਈ ਕਾਰਟ 'ਤੇ ਜਾ ਕੇ ਉੱਥੇ ਆਪਸ਼ਨ ਆ ਜਾਂਦਾ ਵਾ ਰਿਮੂਵ ਫਰੋ ਇਹ ਵਿਦਡਰੋਲ ਕੋਰਸ, ਉੱਥੋਂ ਵਿਦਡਰੋਅ ਵੀ ਕਰ ਸਕਦੇ ਹੋ। ਅਤੇ ਗਾਈਜ਼ ਬਾਕੀ ਅਗਰ ਕਿਸੇ ਨੂੰ ਵੀ ਕੋਈ ਵੀ ਅੱਗੇ ਡਾਊਟ ਆਉਂਦਾ ਵਾ, ਆਹ ਵੀਡੀਓ ਵੈ ਮੈਂ ਪਹਿਲੀ ਵਾਰ ਇੱਦਾਂ ਕਰਕੇ ਕੁਛ ਬਣਾ ਰਿਹਾ, ਅਤੇ ਜੇ ਤਾਂ ਵਧੀਆ ਲੱਗਿਓ ਵੀ ਤਾਂ ਲਾਈਕ ਤਾਂ ਜ਼ਰੂਰ ਕਰ ਦਿਓ। ਅਗਰ ਕੋਈ ਵੀ ਫਿਰ ਵੀ ਤੁਹਾਨੂੰ ਕੋਈ ਡਾਊਟ ਰਹਿੰਦਾ, ਮੈਂ ਤੁਹਾਨੂੰ ਆਪਣਾ ਇੰਸਟਾਗ੍ਰਾਮ ਹੈਂਡਲ ਐਂਡ 'ਚ ਐਡ ਕਰ ਦੂੰਗਾ ਵੀਡੀਓ ਦੇ, ਅਤੇ ਉਸ ਤੋਂ ਤੁਸੀਂ DM ਕਰਕੇ ਮੈਨੂੰ ਪੁੱਛ ਸਕਦੇ ਹੋ। ਅਤੇ ਸਿੰਪਲ ਹੈਗਾ ਕੋਰਸ ਰਜਿਸਟ੍ਰੇਸ਼ਨ, ਕੋਈ ਇੰਨਾ ਔਖਾ ਨਹੀਂ ਹੈਗਾ, ਅਤੇ ਈਜ਼ੀਲੀ ਤੁਸੀਂ ਸਾਰੇ ਕਰ ਸਕਦੇ ਹੋ। ਬਸ ਇੱਕ ਵਾਰ ਮੇਲ ਦਾ ਖਿਆਲ ਰੱਖਿਓ ਕਦੋਂ ਆਉਂਦੀ ਆ, ਜਲਦੀ ਤੋਂ ਜਲਦੀ ਕਰ ਲਿਓ ਤਾਂ ਕਿ ਤੁਹਾਨੂੰ ਵਧੀਆ ਵਧੀਆ ਟਾਈਮਿੰਗ ਵਾਲੇ ਕੋਰਸ ਮਿਲ ਜਾਣ। ਅਤੇ ਗਾਈਸ ਇਹੀ ਆਪਣਾ ਕੋਰਸ ਰਜਿਸਟ੍ਰੇਸ਼ਨ ਦਾ ਵਲੋਗ, ਜਿਹਨੂੰ ਜਿਹਨੂੰ ਵਲੋਗ ਵਧੀਆ ਲੱਗਾ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਕਰ ਦਿਓ। ਅਤੇ ਅਗਰ ਕੋਈ ਵੀ ਤੁਹਾਨੂੰ ਫਿਰ ਵੀ ਡਾਊਟ ਰਹਿੰਦਾ ਵਾ, ਅਤੇ ਜਿੱਦਾਂ ਕਿ ਕਮੈਂਟ ਮੈਂ ਪੜ੍ਹਨ ਦਾ ਹੀ ਬਹੁਤ ਸਾਰੇ ਵੀਰ ਭੈਣ ਭਰਾ ਮੈਸੇਜ ਕਰ ਰਹੇ ਸੀ, ਕਮੈਂਟ ਕਰ ਰਹੇ ਮਤਲਬ ਕਿ ਸਾਨੂੰ ਇਨਫੋਰਮੇਸ਼ਨ ਚਾਹੀਦੀ ਹੈ, ਪਲੀਜ਼ ਰਿਪਲਾਈ ਕਿ ਕਮੈਂਟ 'ਚ ਰਿਪਲਾਈ ਕਰੋ, ਰਿਸਪੋਂਡ ਕਰੋ। ਅਤੇ ਮੈਂ ਹੁਣ ਪਰਸਨਲੀ ਮਤਲਬ ਕਿ ਸਾਰਿਆਂ ਨੂੰ ਕਮੈਂਟ ਨਹੀਂ ਕਰ ਸਕਦਾ ਕਿ ਸਿੰਗਲੀ ਸਾਰਿਆਂ ਨੂੰ ਬਾਰ ਬਾਰ ਕਮੈਂਟ ਕਰਾਂ, ਅਤੇ ਮੈਂ ਐਂਡ 'ਚ ਆਪਣਾ ਇੰਸਟਾਗ੍ਰਾਮ ਹੈਂਡਲ ਹੁਣ ਹਰ ਇੱਕ ਵੀਡੀਓ ਦੇ ਐਂਡ 'ਚ ਐਡ ਕਰ ਦਿਆ ਕਰੂੰਗਾ, ਜਿਹਦੇ ਨਾਲ ਤੁਸੀਂ ਜੇ ਕਿ ਤੁਹਾਨੂੰ ਕੋਈ ਵੀ ਕੁਐਰੀਜ਼ ਹੈਗੀਆਂ ਫੋਰਟ ਮੈਕਮੇਰੀ ਦੇ ਬਾਰੇ ਜਾਂ ਕੈਨੋ ਕਾਲਜ ਦੇ ਬਾਰੇ, ਜਿਹੜੇ ਮੇਰੇ ਵੀਰ ਭੈਣ ਭਰਾ ਆ ਰਹੇ ਆ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਹੈਗੀ ਆ, ਕੋਈ ਵੀ ਡਾਊਟ ਹੈਗਾ, ਉਹ ਉੱਥੇ DM ਕਰ ਸਕਦੇ ਆ, ਉਹਨਾਂ ਨੂੰ ਮੈਂ ਰਿਪਲਾਈ ਕਰ ਦੂੰਗਾ ਐਜ਼ ਸੂਨ ਐਜ਼ ਪੋਸੀਬਲ ਮੇਰੇ ਤੋਂ ਹੋਏਗਾ। ਅਤੇ ਅੱਜ ਵੀ ਮੇਰੇ ਤੋਂ ਕੋਈ ਜ਼ਿਆਦਾ ਖਾਸ ਕੰਟੈਂਟ ਹੈਗਾ ਨਹੀਂ, ਅੱਜ ਮੇਰੀ ਸਕੈਜੂਅਲ ਬਹੁਤ ਬਿਜ਼ੀ ਹੈਗਾ ਸੀ, ਮੈਂ ਆਪਣੀ ਕਲਾਸਿਸ 'ਚ ਬਿਜ਼ੀ ਰਿਹਾ ਤਾਂ ਕਰਕੇ ਵਲੋਗ ਨਹੀਂ ਬਣਿਆ, ਕੱਲ੍ਹ ਵੀ ਸੇਮ ਪ੍ਰੋਬਲਮ ਸੀ ਤਾਂ ਕਰਕੇ ਕੱਲ੍ਹ ਦਾ ਵਲੋਗ ਵੀ ਨਹੀਂ ਆਇਆ, ਅਤੇ ਉਹਦੇ ਲਈ ਮੈਂ ਤੁਹਾਡੇ ਕੋਲ ਮਾਫੀ ਚਾਹੁੰਦਾ। ਅਤੇ ਮੈਂ ਕੋਸ਼ਿਸ਼ ਕਰੂੰਗਾ ਕਿ ਰੈਗੂਲਰ ਵਲੋਗਸ ਰੱਖਾਂ, ਕਿਉਂਕਿ ਹੁਣ ਜਿੱਦਾਂ ਮੇਰੇ ਕਿ ਕਾਲਜ ਵੀ ਸਟਾਰਟ ਹੋ ਗਿਆ ਅਤੇ ਮੈਨੂੰ ਥੋੜ੍ਹਾ ਜਿਹਾ ਹਾਰਡ ਹੁੰਦਾ ਵਾ ਵਲੋਗ ਬਣਾਉਣਾ, ਅਤੇ ਬਾਅਦ 'ਚ ਐਡਿਟ ਕਰਨਾ, ਅਤੇ ਸਕੈਜੂਅਲ ਵੀ ਆਪਣੀ ਕਲਾਸਿਸ ਵੀ ਅਟੈਂਡ ਕਰਨੀਆਂ। ਅਤੇ ਚਲੋ ਜਿਹਨੂੰ ਕੋਈ ਵੀ ਪ੍ਰੋਬਲਮ ਹੋਵੇ ਉਹ ਆਪਣਾ ਮੈਨੂੰ DM ਕਰ ਸਕਦਾ। ਅਤੇ ਕਰਦੇ ਹੁਣ ਤੁਹਾਡੇ ਨਾਲ ਅਗਲੇ ਵਲੋਗ 'ਚ ਗੱਲ, ਉਨੇ ਚਿਰ ਤੱਕ ਟੇਕ ਕੇਅਰ, ਬੀ ਹੈਲਦੀ, ਬੀ ਸੇਫ, ਬਾਏ ਗਾਈਜ਼।